Hello everyone, welcome to the session. ਅੱਜ ਦੀ ਕਲਾਸ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9ਵੀਂ ਕਲਾਸ ਦੀ ਮੈਥਸ ਦੀ ਕਿਤਾਬ ਤੇ ਉਹਦਾ ਤੀਜਾ ਚੈਪਟਰ ਕੋਆਰਡੀਨੇਟ ਜਿਓਮੈਟਰੀ ਬਾਰੇ ਹੈਗਾ ਤੇ ਅੱਜ ਆਪਾਂ ਪਹਿਲੀ ਐਕਸਰਸਾਈਜ਼ ਬਾਰੇ ਚਰਚਾ ਕਰਾਂਗੇ ਜਿਹਦੇ ਵਿੱਚ ਇੰਟਰੋਡਕਸ਼ਨ ਦਿੱਤੀ ਗਈ ਹੈ ਵੀ ਗ੍ਰਾਫ ਤੇ ਕੋਆਰਡੀਨੇਟ ਜਿਓਮੈਟਰੀ ਹੁੰਦੀ ਕੀ ਹੈ। ਜਿਵੇਂ ਮੰਨ ਲਓ ਪਹਿਲਾ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਸਿੰਪਲ ਜਿਹਾ ਹੈਗਾ, ਹਾਊ ਵਿਲ ਯੂ ਡਿਸਕ੍ਰਾਈਬ ਦ ਪੋਜੀਸ਼ਨ ਆਫ ਅ ਟੇਬਲ ਲੈਂਪ ਔਨ ਯੋਰ ਸਟੱਡੀ ਟੇਬਲ ਟੂ ਅਨਦਰ ਪਰਸਨ। ਤੁਹਾਡੇ ਟੇਬਲ ਤੇ ਇੱਕ ਟੇਬਲ ਲੈਂਪ ਪਿਆ ਹੈ, ਤੁਸੀਂ ਉਹਦੀ ਪੋਜੀਸ਼ਨ ਕਿਵੇਂ ਸਮਝਾਓਗੇ ਆਪਣੇ ਦੋਸਤ ਨੂੰ? ਦੇਖੋ ਆ ਮੰਨ ਲਓ ਆ ਟੇਬਲ ਏ ਨਾ ਗ੍ਰਾਫ ਹੈ, ਦੋ ਲਾਈਨਾਂ ਮਾਰੀਆਂ ਹੋਈਆਂ। ਇਹ ਹੈਗੀ ਹੈ ਐਕਸ ਐਕਸਿਸ, ਇਹਨੂੰ ਆਪਾਂ ਐਕਸ ਐਕਸਿਸ ਕਹਿੰਦੇ ਹਾਂ, ਉੱਤੇ ਵਾਲੇ ਨੂੰ ਵਾਈ ਐਕਸਿਸ ਕਹਿ ਲਓ। ਮੰਨ ਲਓ ਇਹ ਟੇਬਲ ਹੈ, ਠੀਕ ਹੈ, ਇੱਥੇ ਤੁਹਾਡਾ ਲੈਂਪ ਹੈ। ਏ ਵਾਲੀ ਜਿਹੜੀ ਹੈ ਆਪਾਂ ਇਹਨੂੰ ਵਾਈ ਐਕਸਿਸ ਲੈ ਲੈਂਦੇ ਹਾਂ, ਏ ਵਾਲੀ ਜਿਹੜੀ ਐਕਸਿਸ ਹੈ ਐਕਸ ਐਕਸਿਸ, ਯਾਨੀ ਮੈਂ ਏ ਡਰਾ ਕੀਤਾ ਇੱਥੇ। ਹੁਣ ਟੇਬਲ ਮੰਨ ਲਓ ਕਿਤੇ ਇੱਥੇ ਇੱਕ ਪਿਆ, ਜਾਂ ਸੋਰੀ ਲੈਂਪ ਤੁਹਾਡਾ ਇੱਥੇ ਇੱਕ ਪਿਆ, ਕਿਤੇ ਵੀ ਕੋਈ ਵੀ ਪੋਜੀਸ਼ਨ, ਤਾਂ ਪਹਿਲਾਂ ਇਹਦਾ ਪੁਆਇੰਟ ਕੀ ਹੋਏਗਾ? ਐਕਸ ਐਕਸਿਸ ਤੋਂ ਦੇਖੋ ਕਿੰਨੀ ਦੂਰ ਹੈਗਾ ਐਕਸ ਐਕਸਿਸ, ਏ ਵਾਲਾ, ਇਹਦੇ ਤੇ 4 ਹੈ। ਵਾਈ ਐਕਸਿਸ ਤੇ ਕੀ ਹੈ? 5। ਤੇ ਇਹਦੀ ਲੋਕੇਸ਼ਨ ਕੀ ਹੈ ਪੁਆਇੰਟ ਦੀ ਜਾਂ ਲੈਂਪ ਦੀ? ਆਪਾਂ P4-5 ਲਿਖਾਂਗੇ। ਐਕਸ ਐਕਸਿਸ ਪਹਿਲਾਂ ਲਿਖੀ ਹੈ ਫਿਰ ਵਾਈ ਐਕਸਿਸ। ਮੰਨ ਲਓ ਜੇ ਇੱਥੇ ਹੁੰਦਾ ਲੈਂਪ ਤੇ ਫਿਰ ਕੀ ਪੋਜੀਸ਼ਨ ਹੁੰਦੀ ਲੈਂਪ ਦੀ? ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਇਹਦੇ ਬਾਰੇ। ਵਹੀ ਅਗਲੇ ਕੁਐਸਚਨ ਦੇ ਵਿੱਚ ਨਾ ਸਟਰੀਟ ਪਲਾਨ ਦਿੱਤਾ ਹੋਇਆ, ਕੁਝ ਸੜਕਾਂ ਨੇ, ਦੋ ਮੇਨ ਰੋਡਸ ਨੇ, ਇੱਕ ਇੱਦਾਂ ਜਾ ਰਹੀ ਆ, ਇਹਨੂੰ ਆਪਾਂ ਈਸਟ ਵੈਸਟ ਕਹਾਂਗੇ, ਇੱਕ ਹੈਗੀ ਹੈ ਨਾਰਥ ਸਾਊਥ ਕਰਕੇ, ਤੇ ਬਾਕੀ ਦੀਆਂ ਜਿਹੜੀਆਂ ਸੜਕਾਂ ਨੇ ਛੋਟੀਆਂ 5, ਉਹ ਇੱਦਾਂ ਕਰਕੇ ਕ੍ਰੋਸ ਕਰ ਰਹੀਆਂ ਨੇ, ਇੰਟਰਸੈਕਟ ਕਰ ਰਹੀਆਂ ਨੇ, ਤੇ ਕੁਝ ਸਵਾਲ ਪੁੱਛੇ ਗਏ ਨੇ। ਚਲੋ ਇਹਨੂੰ ਬਣਾ ਲੈਂਦੇ ਆ। ਮੰਨ ਲੈਂਦੇ ਆ ਏ ਵਾਲੀ ਜਿਹੜੀ ਹੈਗੀ ਆ, ਏ ਵਾਲੀ ਜਿਹੜੀ ਸੜਕ ਹੈ ਇਹ ਵੈਸਟ ਈਸਟ ਵਾਲੀ ਹੈ, ਇੱਕ ਮੇਨ ਰੋਡ, ਤੇ ਇੱਕ ਆ ਲੈ ਲਓ ਮੇਨ ਰੋਡ, ਇਹ ਹੈਗੀ ਹੈ ਨਾਰਥ ਸਾਊਥ ਨੂੰ ਜਿਹੜੀ ਜਾ ਰਹੀ। ਹੁਣ ਇਹਦੇ ਵਿੱਚ ਜਿਹੜੀ ਪਹਿਲੀ ਸਟਰੀਟ ਹੈ ਉਹ ਇੱਦਾਂ ਤੁਸੀਂ ਇਹ ਜਿਹੜੀ ਲਾਈਨ ਡਰਾ ਕਰੋਗੇ ਨਾ, ਇਹ ਧਿਆਨ ਨਾਲ ਡਰਾ ਕਰਿਓ ਸਕੇਲ ਦੇ ਨਾਲ। ਇਹ ਆ ਗਈ ਸਟਰੀਟ 1, ਪਹਿਲੀ ਸਟਰੀਟ, ਪਹਿਲੀ ਗਲੀ। ਉਵੇਂ ਹੀ ਸਟਰੀਟ 2 ਆ ਗਈ ਜਿਹੜੀ ਐਕਸ ਐਕਸਿਸ ਦੇ ਪੈਰਲਲ ਹੈ, ਦੋਨੋਂ ਸਾਈਡ ਨੂੰ ਵੱਧ ਸਕਦੀ ਹੈ। ਇਹ ਆ ਗਈ ਜੀ ਤੁਹਾਡੀ ਸਟਰੀਟ 3, ਇਹ ਆ ਗਈ ਜੀ ਸਟਰੀਟ 4, ਤੇ ਇਹ ਆ ਗਈ ਤੁਹਾਡੇ ਕੋਲ ਸਟਰੀਟ 5। ਠੀਕ ਹੈ, ਉਵੇਂ ਹੀ ਨਾਰਥ ਸਾਊਥ ਦੇ ਪੈਰਲਲ ਵੀ ਹੈਗੀਆਂ ਨੇ ਸਟਰੀਟਸ, ਉਹਨਾਂ ਨੂੰ ਨਾਮ ਦਿੰਦੇ ਆ। ਇਹ ਇੱਥੋਂ ਜਿਹੜੀ ਲੰਘ ਰਹੀ ਹੈ ਇਹ ਆ ਗਈ ਸਟਰੀਟ 1, ਇਹ ਆ ਗਈ 2, ਇਹ ਆ ਗਈ 3, ਇਹ ਆ ਗਈ ਜੀ ਸਟਰੀਟ 4, ਤੇ ਇਹ ਵਾਲੀ ਆ ਗਈ ਸਟਰੀਟ 5। ਹੁਣ ਇਹਨਾਂ ਪੁਆਇੰਟਸ ਨੂੰ ਨਾਮ ਕਿਵੇਂ ਦੇਣਾ? ਇਹਦਾ ਜਿਹੜਾ ਨਾਮ ਹੈ ਪਹਿਲੀ ਸਟਰੀਟ ਏ ਵਾਲੀ, ਪਹਿਲਾਂ ਇਹ ਫਿਰ ਇਹ ਦੇਖਣਾ, ਇਹ ਆ ਗਿਆ ਜੀ ਇਹਦਾ ਨਾਮ 1-1। ਏ ਵਾਲਾ ਜਿਹੜਾ ਨਾਮ ਹੈ ਇਹ ਇੱਥੇ ਕਿਹੜੀ ਸਟਰੀਟ ਹੈ, ਐਕਸ ਐਕਸਿਸ ਤੇ ਕਿਹੜੀ ਸਟਰੀਟ ਹੈ? ਇਹ ਪਹਿਲੀ ਸਟਰੀਟ ਤੇ ਦੂਜੇ ਦਾ 2। ਸਮਝ ਗਏ, ਏ ਵਾਲੀ ਸਟਰੀਟ ਦਾ ਨਾਮ ਪਹਿਲਾਂ ਦੇਣਾ, ਫਿਰ ਏ ਵਾਲੀ ਚੱਕਣੀ ਹੈ। ਉਵੇਂ ਹੀ ਜੇ ਏ ਵਾਲੀ ਲਾਂ ਇਹ 1, ਇਹ ਆ ਗਿਆ 3। ਮੰਨ ਲਓ ਮੈਂ ਇੱਥੇ ਨਾਮ ਦੇਣਾ ਕੋਈ, ਤੇ ਇਹ ਵਾਲਾ ਜਿਹੜਾ ਨਾਮ ਆ ਜਾਏਗਾ ਇਹ ਕੀ ਆ ਜਾਏਗਾ ਸਾਡੇ ਕੋਲ, ਇਹ ਕਿਹੜੀ ਸਟਰੀਟ ਹੈ? 3। ਉੱਤੋਂ ਕਿਹੜੀ ਹੈਗੀ ਆ? ਉੱਤੋਂ ਹੈਗੀ ਆ ਜੀ ਤੁਹਾਡੀ 2। ਠੀਕ ਹੈ, ਸੋਰੀ ਉੱਤੋਂ ਵੀ 3, ਇਹ ਵਾਲੀ ਦੇਣਾ, ਇਹ ਆ ਜਾਏਗਾ ਮੇਰੇ ਕੋਲ 3 ਤੇ 4। ਉਵੇਂ ਜੇ ਮੈਂ ਨਾਮ ਇੱਥੇ ਦੇਣਾ ਕਿਤੇ,
ਏ ਆ ਗਿਆ 4 ਤੇ ਹੁਣ ਉਹਨਾਂ ਨੇ ਪੇਪਰ ਕੁਐਸਚਨ ਇਹ ਪੁੱਛਿਆ ਵੀ ਕਿੰਨੇ ਕ੍ਰੋਸ ਸਟਰੀਟਸ ਹੈਗੀਆਂ ਨੇ ਜੋ ਇੱਥੋਂ ਪੁਆਇੰਟ ਤੋਂ ਨਿਕਲਦੀਆਂ ਨੇ 4 ਤੇ 3 ਤੋਂ 4-3 ਇਹ ਵਾਲਾ 21 ਪੁਆਇੰਟ ਹੈ ਨਾ, ਹੋਰ ਤਾਂ ਕੋਈ 4-3 ਬਣ ਨਹੀਂ ਰਿਹਾ, ਆ 3-4 ਬਣ ਰਹੇ, 4-3 ਹੈ ਫਰਕ ਹੈ, ਤੇ ਇਹਦੇ ਵਿੱਚੋਂ ਸਿਰਫ ਇੱਕ ਹੀ ਕ੍ਰੋਸ ਰੋਡ ਪਾਸ ਕਰ ਸਕਦੀ ਹੈ, ਇੱਕ ਓਨਲੀ ਵਨ, ਇਹੀ ਪੁਆਇੰਟ ਹੈ। ਉਵੇਂ ਹੀ ਉਹਨਾਂ ਨੇ ਪੁੱਛਿਆ ਵੀ ਤੁਸੀਂ ਦੱਸੋ ਵੀ 3-4 ਤੋਂ ਕਿੰਨੀ ਪਾਸ ਕਰ ਸਕਦੀ ਹੈ, 3-4 ਹੈ ਕਿੰਨੀ ਪਾਸ ਕਰੇਗੀ, 21 ਸੜਕ ਪਾਸ ਕਰ ਰਹੀ ਹੈ, ਇਹਦੇ ਵਿੱਚੋਂ 21 ਪੁਆਇੰਟ ਹੈ, ਇਹ ਆ ਗਿਆ ਜੀ 1। ਸਮਝ ਗਏ, ਜਿਹੜਾ ਪੁਆਇੰਟ ਹੈ ਉੱਥੋਂ 21 ਚੀਜ਼ ਪਾਸ ਕਰ ਰਹੀ ਹੈ, ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਕਲੈਰਿਟੀ ਹੋ ਗਈ ਹੋਏਗੀ, ਕਿਉਂਕਿ ਬੁੱਕ ਦੇ ਵਿੱਚ ਨਾ ਇਹ ਚੀਜ਼ ਦਿੱਤੀ ਹੋਈ ਹੈ ਵੀ ਜਿਹੜਾ ਇਹ 1 ਯੂਨਿਟ ਹੈ, 1 ਯੂਨਿਟ ਜੋ ਆਪਾਂ ਲੈ ਰਹੇ ਹਾਂ ਉਹ ਬੇਸਿਕਲੀ ਕਿਹਦੇ ਬਰਾਬਰ ਦਿੱਤਾ ਹੋਇਆ ਤੁਹਾਡੀ ਕਿਤਾਬ ਦੇ ਵਿੱਚ, 200 ਮੀਟਰ ਦੇ ਬਰਾਬਰ। ਜਿਹੜਾ 1 ਸੈਂਟੀਮੀਟਰ ਆਪਾਂ ਲੈ ਰਹੇ ਹਾਂ ਨਾ, ਉਹ 200 ਮੀਟਰ ਦੇ ਬਰਾਬਰ ਹੈ। ਬਸ ਇਸ ਹਿਸਾਬ ਨਾਲ ਜੇ ਤੁਸੀਂ ਕੈਲਕੂਲੇਟ ਕਰੋਗੇ ਤੁਹਾਡੇ ਕੋਲ ਪੁਆਇੰਟਸ ਆ ਜਾਣਗੇ ਸਿੰਪਲ ਤਰੀਕੇ ਨਾਲ। ਇੱਕ ਏ ਵਾਲੀ ਰੋਡ, ਇੱਕ ਏ ਵਾਲੀ ਇਸ ਸਿਟੀ ਦਾ ਸੈਂਟਰ ਹੈਗਾ, ਠੀਕ ਹੈ, ਤੇ ਪੁਆਇੰਟਸ ਤੁਸੀਂ ਮਾਰਕ ਕਰ ਸਕਦੇ ਹੋ। ਜੇ ਮੰਨ ਲਓ ਤੁਸੀਂ ਏਦਾਂ ਨਹੀਂ ਵੀ ਕਰਨਾ ਵੀ ਮੈਂ ਇਹਨੂੰ 3-4 ਨਹੀਂ, ਪਹਿਲਾਂ ਏ ਵਾਲੀ ਸਟਰੀਟ ਦਾ ਨਾਮ ਨਹੀਂ ਦੇਣਾ, ਪਹਿਲਾਂ ਮੈਂ ਏ ਵਾਲੀ ਦਾ ਦੇਣਾ, ਤਾਂ ਤੁਸੀਂ ਚੇਂਜ ਕਰਕੇ ਲਿਖ ਦਿਓ, ਫਿਰ ਵੀ 21 ਪੁਆਇੰਟ ਆਏਗਾ। ਮੰਨ ਲਓ ਤੁਸੀਂ ਇਹਨੂੰ 3-4 ਨਾਮ ਨਹੀਂ ਦੇਣਾ, ਇਹ ਤੁਸੀਂ ਦੇਖ ਰਹੇ ਹੋ ਇਹ ਪਹਿਲਾਂ ਐਕਸ ਐਕਸਿਸ ਤੇ ਇਹ 4 ਹੈ ਤੇ ਇੱਧਰਲੇ ਪਾਸੋਂ ਇਹ 3 ਹੈ, ਇਹ ਨਾਮ ਦੇ ਦਿਓ, ਫਿਰ ਦੂਜੇ ਬਾਕੀ ਸਾਰੇ ਨਾਮ ਉਸ ਹਿਸਾਬ ਨਾਲ ਚੇਂਜ ਹੋ ਜਾਣਗੇ, ਪਰ ਪੁਆਇੰਟ 1 ਹੀ ਆਏਗਾ ਉਹਦੇ ਵਿੱਚ ਜਿਹੜਾ ਉੱਥੋਂ ਕ੍ਰੋਸ ਕਰੇਗਾ। 1 ਤੇ 1 ਕ੍ਰੋਸ ਸਟਰੀਟ ਹੀ ਪਾਸ ਕਰ ਸਕਦੀ ਹੈ ਜਾਂ ਉਹਨੂੰ ਰੈਫਰ ਕਰ ਸਕਦੇ ਹਾਂ 4-3, ਕਿਉਂਕਿ ਇੰਟਰਸੈਕਸ਼ਨ ਜਿਹੜਾ ਚੌਥੀ ਸਟਰੀਟ ਦਾ ਜੋ ਜਾ ਰਿਹਾ, ਜੇ ਇੱਦਾਂ ਚੌਥੀ ਸਟਰੀਟ ਲੈ ਰਹੇ ਹਾਂ ਤੇ ਇਹ ਤੀਜੀ ਸਟਰੀਟ ਲੈ ਰਹੇ ਹਾਂ ਤੇ 21 ਪੁਆਇੰਟ ਹੈ ਨਾ, ਉਹਨੂੰ ਯੂਨੀਕ ਹੀ ਪੁਆਇੰਟ ਹੈ ਉਹ 4-3। ਸਮਝ ਗਏ, ਤੇ ਇਸ ਤਰੀਕੇ ਨਾਲ ਇਹਨੂੰ ਆਨਸਰ ਕਰਨਾ। ਹੁਣ ਇਹਨਾਂ ਨੂੰ ਆਨਸਰ ਵਿੱਚ ਕਿਵੇਂ ਲਿਖਣਾ, ਸੈਕਿੰਡ ਕੁਐਸਚਨ ਦੇ ਪਹਿਲੇ ਪਾਰਟ ਤੇ ਸੈਕਿੰਡ ਪਾਰਟ ਦਾ ਆਨਸਰ ਮੈਂ ਇਹ ਲਿਖਿਆ ਇੰਗਲਿਸ਼ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਵੀ ਇਹ ਸਟੇਟਮੈਂਟ ਤੁਸੀਂ ਲਿਖ ਸਕਦੇ ਹੋ, ਠੀਕ ਹੈ, ਤੇ ਵੀਡੀਓ ਪੌਜ਼ ਕਰਕੇ ਕਾਪੀ ਕਰ ਲਿਓ, ਤੇ ਇਹ ਪਹਿਲੇ ਪਾਰਟ ਫਸਟ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਮੈਂ ਲਿਖਿਆ, ਤੁਸੀਂ ਇਹਨੂੰ ਕਾਪੀ ਕਰ ਸਕਦੇ ਹੋ ਜੇ ਚਾਹੋ। ਤੇ ਇਹ ਸੀ ਅੱਜ ਦੀ ਕਲਾਸ, ਮੈਂ ਉਮੀਦ ਕਰਦੀ ਹਾਂ ਐਕਸਰਸਾਈਜ਼ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਜੇ ਵੀਡੀਓ ਵਧੀਆ ਲੱਗੀ ਤੇ ਗ੍ਰਾਫ ਸਮਝ ਆ ਗਿਆ ਕਿਵੇਂ ਨਾਮ ਦੇਣਾ ਹੈ, ਜੇ ਉਲਟਾ ਕਰਕੇ ਵੀ ਦੇਣਾ ਉਹ ਵੀ ਦੇ ਸਕਦੇ ਹੋ, 4-3 ਨੂੰ 3-4 ਪਹਿਲਾਂ ਲਿਖਣਾ ਉਹ ਵੀ ਕਰ ਸਕਦੇ ਹੋ, ਬਾਕੀ ਸਾਰੇ ਚੇਂਜ ਹੋ ਜਾਣਗੇ। ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਆਪਾਂ ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।